ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਚੌਪਈ ਹੇ ਭਵਨ ਤੁਮ ਬ੍ਰਹਮ ਪ੍ਰਕਾਸ਼ੀ, ਤੁਮਰਾ ਰੂਪ ਸਦਾ ਮਨਾਸੀ। ਹੇ ਪ੍ਰਭ ਤੁਮ ਹੋ ਜਗ ਕੇ ਸੁਆਮੀ, ਹਟ ਕਟ ਕੇ ਤੁਮ ਮੰਤਰ ਜਾਮੀ। ਹੇ ਪ੍ਰਭੂ, ਤੁਸੀਂ ਬ੍ਰਹਮ ਪ੍ਰਕਾਸ਼ ਸਰੂਪ ਹੋ ਅਤੇ ਤੁਹਾਡਾ ਜਿਹੜਾ ਸਰੂਪ ਸਦਾ ਮਨਾਸੀ ਨਾਸ ਤੋਂ ਰਹਿਤ ਹੈ। ਹੇ ਪ੍ਰਭੂ, ਤੁਸੀਂ ਜਗ ਦੇ ਸੁਆਮੀ ਮਾਲਕ ਹੋ, ਘਟਾਂ ਘਟਾਂ ਦਿਲਾਂ ਦੀ ਬੁੱਝਣ ਵਾਲੇ ਅੰਤਰਜਾਮੀ ਹੋ। ਮੈਂ ਹੋ ਪਦ ਪਾਵਨ ਤੁਮ ਦੇਵ, ਮੈਂ ਪਾਪੀ ਹਾਂ, ਤੁਸੀਂ ਪਵਿੱਤਰ ਕਰਨ ਵਾਲੇ ਦੇਵ ਪ੍ਰਕਾਸ਼ ਰੂਪ ਹੋ। ਸੁਰ ਨਰ ਤੁਮਰੀ ਕਰ ਰਹੇ ਸੀ, ਸੁਰ ਵੀ ਦੇਵਤੇ ਦੇ ਪੁਰਸ਼ ਤੁਹਾਡੀ ਸੇਵਾ ਕਰਦੇ ਹਨ। ਦੀਨਾ ਬੰਧੂ ਸੁਭਾਵ ਤੁਮਾਰਾ, ਤੁਸੀਂ ਦੀਨਾਂ ਦੇ ਬੰਧੂ ਸੰਬੰਧੀ, ਇਹ ਤੁਹਾਡਾ ਸੁਭਾਵ ਹੈ। ਜਿਹਦਾ ਕੋਈ ਨਹੀਂ ਉਹਦੇ ਤੁਸੀਂ ਹੋ। ਇਹ ਸਤਿਗੁਰ ਤੁਮ ਵਜੋਂ ਤਾਰਾ, ਇਹ ਸਤਿਗੁਰੂ ਤੁਸੀਂ ਸਾਨੂੰ ਤਾਰਨਾ ਕਰੋ। ਤੁਮਰੀ ਉਪਮਾ ਸਿੰਧੂ ਸਾਨੂੰ ਵੇਦਨਾ ਪਵੇ ਪਾਰ, ਤੁਹਾਡੀ ਉਪਮਾ ਸਿੰਧੂ ਮੈਨੇ ਸਾਗਰ ਦੀ ਨਿਆਣੀ, ਵੇਦ ਵੀ ਪਾਰਾਵਾਰ ਨਹੀਂ ਪਾ ਸਕਦੇ। ਮੈਂ ਸਰਨਾ ਤੁਮਰੀ ਮੋਹ ਕਰੋ ਪਾਪਾ, ਮੈਂ ਤੁਹਾਡੀ ਸ਼ਰਨ ਆ, ਮੈਨੂੰ ਪਾਰ ਕਰੋ। ਐਸੀ ਉਮਾ ਬਣਾ ਕਰ ਗੁਰੂ ਕੇ ਸਾਨੂੰ ਕਥਨ ਕਰੇ, ਭਾਵ ਗੁਰੂ ਦੀ ਜਿਹੜੀ ਵਡਿਆਈ ਉਹਦੇ ਪਿੱਠ ਪਿੱਛੇ ਵੀ ਕਰੇ, ਉਹਦੇ ਸਾਹਮਣੇ ਵੀ ਕਰੇ। ਆਪਣੇ ਸੰਬੰਧੀਆਂ ਕਾ ਤਥਾ ਆਪ ਕੇ ਮਿੱਤਰ ਗਣੋ ਕਾ ਜਸ ਪਰੋਖ ਰਹੇ, ਭਾਵ ਉਹਨਾਂ ਦੇ ਮੂੰਹ 'ਤੇ ਨਾ ਕਰੇ, ਪਿਛੋਂ ਕਿ ਉਪਮਾ ਕਥਨ ਕਰੇ। ਕਾਹੇ ਦੇ ਮੁੱਖ ਪਾਰ ਤੋਂ ਹਰ ਇੱਕ ਉਸ ਕਰਨੇ ਲੱਗ ਜਾਂਦੇ ਹਨ, ਹਰ ਪਾਸੇ ਨਿੰਦਿਆ ਕਰਨੇ ਲੱਗ ਜਾਂਦੇ ਹਨ। ਜੋ ਮੁੱਖ ਪਰ ਉਸ ਦੀ ਗਏ, ਉਸਕੋ ਮਿੱਤਰ ਨਾ ਸਮਝਣਾ ਚਾਹੀਏ। ਭਾਵ ਮਿੱਤਰਤਾਈ ਕੇ ਯੋਗ ਕੋਈ ਪੁਰਖ ਹੈ ਜੋ ਪਾਛੇ ਉਪਮਾ ਕਰੇ। ਪ੍ਰਿਤ ਦਾਸੋਂ ਕੇ ਕੈਸੇ ਵਰਤਾ ਹੋਣਾ ਚਾਹੀਏ, ਪ੍ਰਿਤ ਨੌਕਰ ਦੇ ਦਾਸ ਜਿਹੜੇ, ਟਹਿਲੂਆਂ ਕੀ ਤਹ ਦਾਸੋਂ ਕਿ ਇਨ ਦੋਨੋਂ ਕੋ ਜਿਸ ਕਰਮ ਕੋ ਭੇਜਿਆ ਹੈ, ਜਬ ਉਹ ਕਰਮ ਕਰ ਆਵੇ ਤਬ ਉਸ ਕਰਮ ਕੇ ਅੰਤ ਮੈਂ ਕੁਛ ਥੋੜ੍ਹੀ ਉਪਮਾ ਕਹਿ ਦੇਵੇ। ਹਰ ਸਮੇਂ ਉਪਮਾ ਨਾ ਕਰੇ, ਭਾਵ ਬੇ ਵਕਤ ਕੋਈ ਸੇਵਾ ਬਿਤਾ ਦੇਈ ਹੈ ਤਬ ਉਹ ਸੇਵਾ ਕਰ ਚੁੱਕੇ, ਉਸਕੇ ਪਸ਼ਚਾਤ ਉਹਨੂੰ ਕੋ ਸ਼ਾਬਾਸ਼ ਕਹਿ ਦੇਵੇ। ਪ੍ਰਿਤ ਅਰਦਾਸ ਕਾ ਕੀ ਭੇਦ ਹੈ, ਨੌਕਰੀ ਲੈਕਰ ਜੋ ਸੇਵਾ ਕਰੇ ਉਸਕੋ ਪ੍ਰਿਤ ਕਹਾ ਜਾਤਾ ਹੈ, ਜਿਹੜਾ ਨੌਕਰ ਤਨਖਾਹ ਲੈ ਕੇ ਜੋ ਪ੍ਰੇਮ ਸੇ ਸੇਵਾ ਕਰੇ ਉਸਕੋ ਦਾਸ ਕਿਹਾ ਜਾਵੇ ਹੈ। ਔਰ ਆਪਣੀ ਇਸਤਰੀ ਪੁੱਤਰ ਕੀ ਉਪਮਾ ਕਵੀ ਭੂਲ ਕਰ ਵੀ ਨਾ ਕਰੇ। ਹਾਂਜੀ, ਇਹ ਭਾਵੇਂ ਕੈਸੀ ਸੇਵਾ ਕਰੇ, ਜੇਕਰ ਇਨਕੀ ਉਪਮਾ ਕਥਨ ਕਰੇ ਫਿਰ ਇਨਕੋ ਅਭਿਮਾਨ ਹੋ ਜਾਏਗਾ, ਔਰ ਸੇਵਾ ਫਿਰ ਵੈਸੀ ਨਾ ਕਰੇਗੇ। ਰਾਜਨੀਤੀ ਮੈਂ ਲਿਖਾ ਹੈ ਕਿ ਹਮੇਸ਼ਾ ਇਨਕੋ ਹਾਂਜੀ ਥੋੜ੍ਹਾ ਦਬਾ ਕੇ ਰੱਖੇ ਤਬ ਇਹ ਕੰਮ ਦਿੱਤੇ ਹੈ। ਰਮੈਣ ਨੇ ਮੈਂ ਕਿਹਾ ਹੈ, ਤੁਲਸੀ ਨੇ ਤਾਂ ਹੋਰ ਗੱਲ ਕਹੀ ਹੈ, ਪਰ ਗੁਰੂ ਘਰ ਵਿੱਚ ਐਸਾ ਨਹੀਂ। ਢੋਲਕ ਵਾਰ ਸੂਦਰ ਬਸ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ। ਢੋਲ ਆ ਪਿੜਾ ਗਾ ਵਜੇ, ਗਵਾਰ ਮੂਰਖ ਸ਼ੂਦਰ ਆ ਪਸ਼ੂ ਅਤੇ ਨਾਰੀ ਇਸਤਰੀ। ਇਹ ਤੁਲਸੀ ਕਹਿੰਦਾ ਸਭ ਤਾੜਨ ਦੇ ਅਧਿਕਾਰੀ ਹੈ, ਪਰ ਗੁਰੂ ਮਹਾਰਾਜ ਨੇ ਤਾਂ ਗਰੀਬਾਂ ਨੂੰ ਵੀ ਗੱਲ ਲਾਇਆ। ਇਸੇ ਪੁੱਤਰੋਂ ਮੈਂ ਲੋਕ ਬੜਾ ਪ੍ਰੇਮ ਕਰਦੇ ਹਾਂ, ਪਰ ਇਨ ਜੈਸਾ ਇਨਕਾ ਬੈਰੀ ਔਰ ਕੋਈ ਨਹੀਂ। ਪੁੱਤਰ ਜੈਸਾ ਤੋਂ ਇਸਕਾ ਔਰ ਦੁਸ਼ਮਣ ਕੋਈ ਨਹੀਂ। ਪੁੱਤਰ ਕਹੇ ਦੁਸ਼ਮਣ ਹੈ, ਕਿਸੇ ਕਵੀ ਨੇ ਦੋਹਰਾ ਕਿਹਾ ਹੈ। ਜਨਮੀ ਦਾਰਾ ਹਰੇ ਜੁਗਾ ਹੋ ਤਲੈ ਪਾਉਣ, ਜੰਮਦੇ ਨੇ ਹਾਂਜੀ ਕਹਿੰਦੇ ਆ ਕਿ ਦਾਰਾ ਹਰੇ ਜੁਗਾ ਹੋ ਤਲੈ ਪਾਉਣ, ਬਿਰਧ ਹੋਏ ਸਰਵਸਰੇ ਸੁੱਤ ਸੇ ਬੈਰੀ ਕੌਣ। ਪਾਵੇ ਜੈਸੇ ਪੁੱਤਰ ਦੁਸ਼ਮਣ ਸੋ ਸੁਣੋ, ਜਬ ਇਸ ਪੁਰਖ ਕੀ ਇਸਤਰੀ ਕੇ ਘਰ ਮੈਂ ਪੁੱਤਰ ਆਣ ਕੇ ਨਿਵਾਸ ਕਰਤਾ ਹੈ, ਉਸੀ ਦਿਨ ਸੇ ਲੇਕਰ ਪੁਰਖ ਕੀ ਇਸਤਰੀ ਹਾਰ ਲੈਤਾ ਹੈ।
ਕਾਇਦੇ ਧਰਮ ਸ਼ਾਸਤਰ ਮੈਂ ਲਿਖਿਆ, ਜਬ ਗਰਭ ਠਹਿਰ ਜਾਏ ਉਸ ਦਿਨ ਸਿਰੇ ਕਰ ਫੇਰੇ ਇਸਤਰੀ ਸੇ ਸੰਬੰਧ ਨਾ ਕਰੇ, ਜੇ ਕਰੇ ਮਹਾਂ ਪਾਪ ਹੋਗਾ। ਜਿਸ ਦਿਨ ਪੁੱਤਰ ਗਰਭ ਮੈਂ ਆਇਆ ਉਸ ਦਿਨ ਸੇ ਪੁਰਸ਼ ਕੀ ਇਸਤਰੀ ਖੋਸ ਲਈ, ਜਬ ਸਮਾਂ ਪਾਪ ਪੁੱਤਰ ਜੋਗਨ ਵਾਸਤਾ ਕੋ ਪ੍ਰਾਪਤ ਹੋਤਾ ਹੈ ਉਸ ਦਿਨ ਸੇ ਘਰ ਖੋਸ ਲਿਆ। ਫਿਰ ਉਹ ਕਹਿੰਦਾ ਪੇ ਨੂੰ ਕਹਿੰਦਾ ਮੇਰਾ ਘਰ ਹੈ ਵੰਡ ਕੇ ਦੇ, ਕਾਜ ਤੇ ਜੋਗਨ ਜੋ ਪੁੱਤਰ ਵਿਆਹਿਆ ਜਾਤਾ ਹੈ ਉਸਕੀ ਵਧੂ ਜਬ ਕਰ ਜਾਤੀ ਹੈ, ਫਿਰ ਉਸਕਾ ਸਸੁਰਾਲ ਵਖਤ ਬੇਵਖਤ ਆਨੇ ਘਰ ਆਨੇ ਮੈਂ ਡਰਤਾ ਹੈ, ਜੈਸੇ ਘਰ ਮੈਂ ਪੁੱਤਰ ਹਰ ਨੂੰ ਫੇਰ ਸਕਦੀ ਹੈ, ਵੈਸੇ ਉਹ ਪੁਰਸ਼ ਘਰ ਮੈਂ ਨਹੀਂ ਫਿਰ ਸਕੇ। ਜਬ ਬਲ ਸੇ ਹੀਨ ਬਿਰਧ ਅਵਸਥਾ ਹੋ ਜਾਤੀ ਹੈ ਫਿਰ ਇਸਕੇ ਸਾਰੀ ਸਰਵੰਸ ਪੁੱਤਰ ਹਰ ਲਿੱਤਾ ਹੈ, ਕਾਹਤੇ ਸਭ ਮਨ ਮਰਜ਼ੀ ਸੇ ਅੰਨ ਵਸਤਰ ਵੀ ਨਹੀਂ ਮਿਲੇ ਹੈ, ਬੁੱਢਾ ਹਰ ਬਾਤ ਕੋ ਤਰਸਦਾ ਰਹਿਤਾ ਹੈ। ਪੁੱਤਰ ਹਾਂਜੀ ਕਿ ਸਾਰੀ ਸਰਵੰਸ ਦਵਾਈ ਲਿੱਤ ਸਭ ਕੋਈ ਖੋ ਲੈਂਦਾ ਹੈ। ਦਸਵੇਂ ਪੁੱਤਰ ਸਿਆਦਕ ਬੈਰੀ ਕੌਣ ਹੋਗਾ, ਔਰਤ ਕਹੇ ਦੁਸ਼ਮਣ ਹੈ, ਸ਼ਾਸਤਰ ਮੈਂ ਲਿਖਿਆ ਇਸਤਰੀ ਜੈਸਾ ਇਸਕਾ ਔਰ ਦੁਸ਼ਮਣ ਕੋਈ ਨਹੀਂ, ਕਾਹੇ ਦੇ ਸਭ ਕਾ ਕਾਟਾ ਹੁਆ ਔਰ ਤਲਵਾਰ ਕਾ ਕਾਟਾ ਹੁਆ, ਪੁਰਸ਼ ਇਕਦਮ ਮਰੇ ਹੈ ਪਰ ਇਸਤਰੀ ਕਾ ਕਾਟਾ ਹੋ ਪੁਨਾ ਪੁਨਾ ਜਨਮ ਮਰਨ ਕੋ ਪਾਤਾ ਹੈ। ਜੇ ਕੋਈ ਲੋਭੀ ਹੋਊਗਾ ਉਹਨੂੰ ਕਹਿਣਗੇ ਲੋਭੀ ਹੈ, ਵਿਰੋਧੀ ਹੈ ਕਹਿਣਾ ਕ੍ਰੋਧੀ ਹੈ, ਅਤੇ ਜਿਹੜਾ ਫਿਰ ਮਾੜੇ ਕੰਮੀ ਪੈ ਜਾਂਦਾ ਉਹਦੀ ਬਦਨਾਮੀ ਬਹੁਤ ਹੁੰਦੀ ਹੈ, ਉਹ ਸਮਾਜ ਖੜਨ ਜੋਗਾ ਨਹੀਂ ਰਹਿੰਦਾ। ਦੋਹਰਾ ਪਰ ਨਰੀ ਮਿੱਠੀ ਛੁਰੀ ਮਤ ਕੋਈ ਲਾਵੇ ਅੰਗ, ਸੀਸ ਦੀ ਦਸ ਲੰਗ ਪਤ ਪਰ ਨਹੀਂ ਕਿਸ, ਕਹਿੰਦੇ ਪਰ ਇਸਤਰੀ ਮਿੱਠੀ ਛੁਰੀ ਦੀਆਂ ਕਹਿੰਦੇ ਅੰਗ ਨਾ ਲਾਵੇ ਉਹਦਾ ਨਾਸ ਕਰੇਗੀ। ਲੰਕਾ ਦੇ ਪਤੀ ਨੇ ਸਿਰ ਦੇ ਉੱਤੇ ਸੀਤਾ ਨੂੰ ਚੁੱਕ ਕੇ ਲਿਆ ਅਤੇ ਲੰਕਾ ਤਬਾਹ ਹੋਈ ਨਾ, ਦੁਰਯੋਧਨ ਦ੍ਰੋਪਦੀ ਨੂੰ ਵਿਪਾੜ ਕਰਨ ਲੱਗਾ, 18 ਕੁਣੀਆਂ ਕੱਬੀਆਂ ਤਬਾਹੀ ਹੋ ਗਈ। ਇਸ ਵਾਸਤੇ ਇਸਤਰੀ ਪੁੱਤਰ ਕੀ ਉਪਮਾਨ ਕਰੇ, ਜੋ ਪੁਰਸ਼ ਪੂਰਨ ਸ਼੍ਰੀ ਗੁਰੂ ਜੀ ਕਾ ਗੁਰਮੰਤਰ ਉਹ ਤਿਆਗ ਦੇਵੇ ਹੈ ਉਸਕੀ ਦਸ਼ਾ ਕਿਆ ਹੋਵੇ ਹੈ, ਉਹਦਾ ਵੀ ਸਮਾਧਾਨ ਕਰਦੇ ਹਨ। ਦੋਰਾ ਤਾਈ ਗੁਰਮੰਤਰ ਦਰਿਦਰ ਹੋਇਆ ਗੁਰੂ ਵਗਿਆ ਕਾ ਤਿਆਗ ਦੇ ਗੁਰਮੰਤਰ ਜੋ ਸਿੱਧ ਵੀ ਨਰ ਕੇ ਜਾ। ਸ਼੍ਰੀ ਗੁਰੂ ਨੇ ਰਾਮ ਕ੍ਰਿਸ਼ਨ ਰਹਿਣ ਸਤਨਾਮ ਗੋਪਾਲ ਓਮ ਨਮੋ ਸ਼ਿਵਾਏ ਐਸੇ ਪਰਮਾਤਮਾ ਕੇ ਜੋ ਅਨੰਤ ਨਾਮ ਹੈ, ਇਹਨਾਂ ਨਾਮ ਵਿੱਚੋਂ ਕੋਈ ਗੁਰਮੰਤਰ ਦੀਆ ਹੈ ਫਿਰ ਉਸ ਗੁਰਮੰਤਰ ਕੋ ਜੋ ਨਰ ਤਿਆਗ ਦੇਵੇ ਹੈ ਸੋ ਦਲਿਦਰੀ ਹੈ ਹੋਏ ਜਾਵੇ ਹੈ। ਐਸਾ ਕੌਣ ਹੋਇਆ ਹੈ, ਸੰਦੀਪਨ ਗੁਰੂ ਕੇ ਪਾਸ ਕ੍ਰਿਸ਼ਨ ਅਤੇ ਸਦਾਮਾ ਜੀ ਜਬ ਵਿਦਿਆ ਪੜ੍ਹਤੇ ਥੇ ਔਰ ਉਨਕੇ ਲੀਏ ਦੋਨੋਂ ਲੱਕੜੀ ਉਨਕੇ ਚੁਣਨੇ ਜਾਇਆ ਕਰਤੇ ਥੇ, ਇੱਕ ਰੋਜ਼ ਗੁਰੂ ਜੀ ਨੇ ਸਦਾਮੇ ਕੋ ਚਣੇ ਦੀਏ ਔਰ ਕਹਾ ਦੋਨੋਂ ਨੇ ਜਲਪਾਨ ਕਰ ਲੈਣਾ। ਮਾਰਗ ਮੈਂ ਜਾਤੇ ਹੋਏ ਭਗਵਾਨ ਜੀ ਨੇ ਕਿਹਾ ਸਾਰੇ ਜਣੇ ਆਪ ਨਾ ਖਾਏ ਜਾਏ, ਸਾਨੂੰ ਵੀ ਕੁਛ ਦੇਣੇ, ਜੰਗਲ ਮੈਂ ਸਾਰੇ ਸੁਦਾਮੇ ਨੇ ਲੋਕੇ ਸਾਰੇ ਚਣੇ ਖਾ ਲਏ, ਭਗਵਾਨ ਕੋ ਇੱਕ ਵੀ ਨਾ ਦਾਣਾ ਨਾ ਦੀਆ, ਜਬ ਕਰਮ ਕਰਕੇ ਘਰ ਮੈਂ ਆਏ ਗੁਰੂ ਜੀ ਚਣੇ ਦੋਨੋਂ ਨੇ ਖਾਏ ਥੇ। ਸੁਦਾਮੇ ਕਹਿੰਦੇ ਨਹੀਂ ਜੀ ਮੈਂ ਨਹੀਂ ਖਾਏ ਲੀਏ, ਐਸੇ ਗੁਰੂ ਜੀ ਨੇ ਕਿਹਾ ਰੇ ਦਲਿਦਰੀਆ ਸਾਡਾ ਵਜੇ ਤਾਂ ਇਹਨਾਂ ਮੰਨਿਆ, ਉਸੀ ਦਿਨ ਤੋਂ ਸੁਦਾਮਾ ਦਲਿਦਰੀ ਹੋਇਆ, ਐਸੇ ਹੀ ਗੁਰਮੰਤਰ ਕੋ ਤਿਆਗ ਦਿੱਤਾ ਹੈ ਗੁਰੂ ਦੇ ਬਚਨ ਨੂੰ, ਵੋ ਵੀ ਸੁਦਾਮੇ ਵੱਧ ਦਲਿਦਰੀ ਹੋ ਜਾਤਾ ਹੈ। ਜੋ ਗੁਰਮੰਤਰ ਨਾ ਤਿਆਗੇ ਉਹ ਉਸ ਕੋ ਕੀ ਪ੍ਰਾਪਤ ਹੋਵੇ ਹੈ। ਇੱਕ ਸੰਤ ਮਹਾਤਮਾ ਬੀਤ ਰਾਗ ਬਨ ਮੈਂ ਨਿਵਾਸ ਕਰਦੇ ਥੇ, ਉਨਕੇ ਪਿੱਛੇ ਇੱਕ ਜੱਟ ਪੜ ਗਿਆ, ਕਹਿਣੇ ਲੱਗਾ ਮੁਝ ਕੋ ਗੁਰਮੰਤਰ ਦਿਓ। ਸੰਤਾਂ ਨੇ ਕਿਹਾ ਤੈਨੇ ਗੁਰਮੰਤਰ ਸੇ ਕਿਆ ਲੈਣਾ ਹੈ, ਜੱਟ ਨੇ ਦੱਸੋ ਹੈ ਤਾਂ ਦੱਸੋ ਨਹੀਂ ਤਾਂ ਮੈਂ ਤੁਮਕੋ ਮਾਰ ਦੇਵਾਂਗਾ। ਸੰਤਾਂ ਨੇ ਸੋਚਿਆ ਮੂਰਖ ਜੱਟ ਹੈ, ਇਸ ਕਾ ਪਤਾ ਨਹੀਂ ਕੋਈ ਨਹੀਂ ਹੈ, ਡਰਦੇ ਹੋਏ ਉਹ ਜੱਟ ਕੋ ਕਹਾ ਗੋਪਾਲ ਗੋਪਾਲ ਈਸ਼ਵਰ ਕਾ ਨਾਮ ਜਪਿਆਗਾ। ਜੱਟ ਨੇ ਕਿਹਾ ਬਹੁਤ ਅੱਛਾ, ਅਕਾਂਤ ਸਥਾਨ ਮੈਂ ਬੈਠ ਕੇ ਚਿੱਤ ਕੀ ਬਿਰਤੀ ਸਮਾਧ ਅਕਾ ਕਰਕੇ ਜਪਣੇ ਲਗਾ। ਸਮਾਧ ਕਰਕੇ ਕਿਵੇਂ ਜਪਣੇ ਲਗਾ,
ਦੋ ਰਮਾਲਾ ਫਿਰਤੀ ਹਾਥ ਮੈਂ ਜੀ ਫਿਰੇ ਮੁਖ ਮਾਹੇ ਟੋਲ ਠੋ ਮਿਣੋ ਫਿਰੇ ਇਹ ਭਜਨ ਕੁਛ ਨਾ। ਮਾਲਾ ਤਾਂ ਕਹਿੰਦੇ ਹੱਥ ਫਿਰਦੀ ਹੈ, ਜੀ ਮੂੰਹ 'ਚ ਫਿਰੀ ਜਾਂਦੀ ਹੈ, ਮਨ ਇੱਧਰ ਉੱਧਰ ਘੁੰਮੀ ਜਾਂਦਾ, ਕਹਿੰਦੇ ਭਜਨ ਥੋੜ੍ਹੀ ਹੈ। ਭਜਨ ਬੋਹੀ ਅੱਛਾ ਹੈ ਜੋ ਇੱਕ ਮਨ ਹੋ ਕਰ ਰੱਖੀ ਆ ਜਾਏ। ਮਾਲਾ ਹੱਥ ਮੈਂ ਫਿਰ ਰਹੀ ਹੈ, ਮੁੱਖ ਮੈਂ ਜੀਭਾ ਫਿਰ ਰਹੀ ਹੈ, ਮਨ ਦਸੋਂ ਤੇ ਸਮੇਂ ਸੈਲ ਕਰ ਰਿਹਾ ਹੈ, ਇਹ ਭਜਨ ਕਿਸੇ ਕੰਮ ਕਾ ਨਹੀਂ। ਜਬ ਉਚਿਤ ਕਾਕਰ ਕਰ ਜਪਣੇ ਲੱਗਾ ਗੋਪਾਲ ਕਾ ਨਾਮ ਤੋਂ ਭੁੱਲ ਗਿਆ। ਗੋਪਾਲ ਦੀ ਜਗ੍ਹਾ ਡਫਾਲ ਡਫਾਲ ਜਪਣੇ ਲੱਗਾ। ਉੱਧਰ ਸ਼ੇਨਾ ਕਿਸੇ ਜਾ ਪਰ ਭਗਵਾਨ ਬਿਰਾਜਮਾਨ ਹੋ ਰਹੇ ਥੇ। ਲਕਸ਼ਮੀ ਕੋ ਬਿਸ਼ਨੀ ਕਹਿਣੇ ਲੱਗੇ, ਹੇ ਲਕਸ਼ਮੀ, ਇੱਕ ਮੇਰਾ ਨਵੀਨ ਭਗਤ ਪੈਦਾ ਹੋਇਆ ਹੈ ਔਰ ਉਸਨੇ ਮੇਰਾ ਨਾਮ ਵੀ ਨੂਤਨ ਨਵਾਂ ਰੱਖਾ ਹੈ, ਚੱਲ ਤੈਨੂੰ ਦਰਸ਼ਨ ਕਰਾਵੇ। ਵਿਸ਼ਨੂੰ ਜਾਂ ਲਕਸ਼ਮੀ ਚੱਲ ਕੇ ਗਾਵਾਂਗਾ। ਇਹ ਕੂਪ ਗਿਰਾ ਪੜਾ ਥਾ, ਉਸ ਭਗਵਾਨ ਛੱਪ ਕੇ ਬੈਠ ਗਏ। ਆ ਲਕਸ਼ਮੀ ਕੋ ਭੇਜਾ, ਲਕਸ਼ਮੀ ਜਾ ਕੇ ਪੁੱਛਿਆ, ਹੇ ਭਗਤ ਜੀ ਤੁਮ ਕਿਸ ਕਾ ਨਾਮ ਜਪ ਰਹੇ ਹੋ? ਜੱਟ ਨਾਮ ਬੋਲਾ। ਫਿਰ ਪੁੱਛਿਆ, ਜੱਟ ਨੇ ਕਿਹਾ ਤੇਰੇ ਖਸਮ ਕਾ ਭਜਨ ਕਰਤਾ ਹੂੰ। ਲਕਸ਼ਮੀ ਨੇ ਜਾਣਾ ਮੇਰਾ ਮਾਲਕ ਤਾਂ ਵਿਸ਼ਨੂੰ ਹੈ। ਫਿਰ ਪੁੱਛਿਆ, ਉਹ ਆਪ ਕਹਾਂ ਰਹਿਤਾ ਹੈ? ਜੱਟ ਬੋਲਾ, ਤੇਰਾ ਖਸਮ ਟੱਠੇ ਕੋ ਮੈਂ ਹੈ ਰਹਿਤਾ ਹੈ। ਮੈਂ ਕੀ ਜਾਣਾ? ਲਕਸ਼ਮੀ ਨੇ ਜਾਣਾ ਜੇ ਤੂੰ ਪੂਰਾ ਭਗਤ ਹੈ। ਲਕਸ਼ਮੀ ਨਾਰਾਇਣ ਨੇ ਫਿਰ ਪ੍ਰਗਟ ਹੋ ਕੇ ਦਰਸ਼ਨ ਦੇਣ ਨਾਲ ਕੀਆ, ਐਸੇ ਜੋ ਗੁਰੂ ਮੰਤਰ ਕਾ ਤਿਆਗ ਨਹੀਂ ਕਰਦਾ ਉਸਕੋ ਪਰਮੇਸ਼ੁਰ ਮਿਲੇ ਹੈ। ਗੁਰੂ ਮੰਤਰ ਕਾ ਤਿਆਗਣਾ ਇਹੀ ਅਵੱਗਿਆ ਕਾਤ ਹੈ, ਕਿਸੇ ਦਾ ਕਾਤ ਕਰਨਾ ਹੈ, ਬੇਅਦ ਵੀ ਕਰਨੀ ਹੈ, ਭਾਵ ਮਾਰਨੇ ਸਮ ਦੋਸ਼ ਹੁੰਦਾ ਹੈ। ਜਦ ਵੀ ਕੋਈ ਸਿੱਧ ਪੁਰਸ਼ ਵੀ ਹੋ ਔਰ ਗੁਰੂ ਮੰਤਰ ਉਸਨੇ ਤਿਆਗ ਦਿਆ ਹੈ, ਫਿਰ ਉਹ ਵੀ ਨਰਕੋ ਹੀ ਜਾਏਗਾ, ਇਸਮੇ ਸੰਸਾ ਨੇ, ਇਸਮੇ ਤੁਲਸੀਦਾਸ ਜੀ ਕਾ ਪ੍ਰਮਾਣ ਹੈ। ਭਵਾਨੀ ਹਾਂਜੀ ਸੁਕੌਰੋ ਬੰਦੇ ਸ਼ਰਧਾ ਵਿਸ਼ਵਾਸ ਰੂਪਣੋ ਜਾਂ ਪਿਆ ਬਿਨਾ ਨਾ ਪਾਸ਼ਾਂਤੀ ਸਿੱਧ ਸਵੰਤਸਥ ਮੀਸ਼ਵਰੰ। ਕਹਿੰਦੇ ਆ ਇਹ ਜੇ ਸ਼ਰਧਾ ਵਿਸ਼ਵਾਸ ਦੇ ਬਿਨਾਂ ਸਿੱਧ ਜਨ ਵੀ ਆਪਣੇ ਅੰਤ ਕਰਨ ਮੈਂ ਇਸ ਈਸ਼ਵਰ ਕੋ ਨਹੀਂ ਦੇਖ ਸਕੇ ਹੈ। ਐਸੇ ਸ਼ਰਧਾ ਔਰ ਵਿਸ਼ਵਾਸ ਸਰੂਪ ਪਾਰਵਤੀ ਔਰ ਸ਼ੰਕਰ ਕੋ ਮੈਂ ਪ੍ਰਣਾਮ ਕਰਤਾ ਹੂੰ। ਅਥਵਾ ਜਿਸ ਪੁਰਸ਼ ਨੇ ਗੁਰਮੰਤਰ ਤਿਆਗ ਕਰ ਦਿਆ ਹੈ ਸੋ ਸਿੱਧਾ ਨਰਕਾਂ ਕੋ ਜਾਏਗਾ, ਇਸਮੇ ਸੰਸਾ ਨੇ। ਸੋ ਗੁਰੂ ਜੀ ਕੀ ਬਹੁਤੀ ਹਰਨੇ ਵਾਲਾ ਉਸਕਾ ਵੀ ਹਾਲ ਹੋਵੇ ਹੈ, ਸਮਾਧਾਨ ਕਰਦੇ ਹੈ ਜਿਹੜਾ ਗੁਰੂ ਘਰ ਦੀ ਚੋਰੀ ਕਰਦਾ ਹੈ। ਤੁੜਕ ਛੰਦ ਗੁਰ ਕੇ ਧਨ ਕੋ ਜਨ ਜੇ ਹਰ ਹੈ, ਆ ਤੇਜ ਬਬੂ ਦੁਖੀ ਹਮਰ ਹੈ, ਧਰਮਾਟਰੇ ਨਰਕ ਸੁਪਰੇ, ਉਪਜੈ ਪੁੰਨ ਤੇ ਸਭਾ ਪਚਾਤ ਕਰੇ। ਗੁਰੂ ਕੇ ਧਨ ਕੋ ਜੋ ਪੁਰਸ਼ ਹਰੇ ਚਰਾਏ ਰਹਿਤਾ ਹੈ, ਉਸਕਾ ਧਨ ਈਸ਼ਵਰ ਸੁਖ ਆਰਾਮ ਤਥਾ ਸਭ ਤੇਜ ਉਸਕਾ ਨਸ਼ਟ ਹੋ ਜਾਤਾ ਜਾਵੇ ਹੈ, ਫਿਰ ਬੜਾ ਦੁਖੀ ਹੋ ਕੇ ਮਰੇ ਹੈ। ਜਪ ਤਪ ਭਜਨ ਪਾਠ ਤੀਰੇ ਧਰਮ ਤੇ ਆਦਿ ਲੇਕਰ ਸਭ ਉਸਕੇ ਨਸ਼ਟ ਹੋ ਜਾਵੇ ਹੈ, ਅੰਤ ਨੂੰ ਮਰ ਕੇ ਨਰਕ ਮੈਂ ਜਾ ਕੇ ਪੜੇ ਹੈ, ਸਾਰੇ ਨਰਕਾਂ ਕੋ ਭੋਗ ਕਰ ਫਿਰ ਚੰਡਾਲੋਂ ਕੇ ਗ੍ਰਹਿ ਮੈਂ ਉਤਪੰਨ ਹੋਏ ਹੈ, ਚੰਡਗਾਲ ਕੇ ਚੰਡਾਲ ਕਰ ਮੈਂ ਹਾਂਜੀ ਪੈਦੇ ਹੋਏ ਕਰ ਬੁੱਧੀਵਾਨ ਤੋਂ ਹੋਤਾ ਹੋਏਗਾ। ਦੱਸਦੇ ਦੋਰਮ ਬੋਧ ਬੋਧ ਸਮੂਹ ਨਪੁੰਸਕ ਬੇਗਲਮਨ ਬਿਨ ਵਿਵੇਕ ਬਿਨ ਵਿਵੇਕ ਦੁਰਭਾਵ ਨੀਚ ਕਰਮ ਨੀਚੇ ਕਰੇ ਗੁਰਨਿੰਦਾ ਮੇਰਾ ਗੁਰਨਿੰਦਾ ਮੈਂ ਰਾਗ ਚੰਡਾਲੋਂ ਕਰ ਪੈਦੇ ਹੋ ਕਰ ਬੁੱਧੀਵਾਨ ਨਹੀਂ ਹੋਤਾ ਕਿੰਤੂ ਮਹਾਂ ਮੂਰਖ ਜੈਸਾ ਪੈਦਾ ਹੋ ਗਿਆ ਹੈ। ਮੂਰਖ ਤੋਂ ਹੋਇਆ ਪਰ ਬਲਵੰਤ ਹੋਤਾ ਹੋਗਾ? ਕਹਿੰਦੇ ਨਹੀਂ, ਬਲਵੰਤ ਵੀ ਨਹੀਂ, ਬਲਵਾਨ ਵੀ ਨਹੀਂ ਹੁੰਦਾ, ਨਪੁੰਸਕ ਹੀ ਜਿਹੜਾ ਹੁੰਦਾ ਬਲਵੰਤ ਨਹੀਂ ਹੋਇਆ, ਭਾਵ ਨਾ ਉਹ ਬੰਦਿਆਂ 'ਚ ਨਾ ਹਾਂਜੀ ਇਸਤਰੀਆਂ 'ਚ ਚੰਗਾ ਮਨ ਮੈਂ ਤੋਂ ਸਾਵਧਾਨ ਹੋਤਾ ਹੋਗਾ? ਕਹਿੰਦੇ ਨਹੀਂ, ਮਨ ਜਿਸ ਦਾ ਵਿਆਕੁਲ ਰਹੇ ਹੈ ਵਿਕਲ ਮਨ, ਫਿਰ ਉਹ ਵਿਚਾਰ ਬਣਨ ਤੋਂ ਹੋਤਾ ਹੋਗਾ? ਕਹਿੰਦੇ ਨਹੀਂ, ਸ੍ਰੇਸ਼ਟ ਵਿਚਾਰ ਸਿਰਿਆਤ ਹੋ ਗਏ ਹੈ।
ਫਿਰ ਵਿਸ਼ੇਸ਼ ਭਾਗਾਂ ਵਾਲਾ ਹੁੰਦਾ ਹੋਏਗਾ? ਕਹਿੰਦੇ ਨਹੀਂ, ਵੱਡੇ ਖੋਟੇ ਭਾਗਾਂ ਵਾਲਾ ਹੋਵੇ। ਅੱਗੇ ਕਰਮ ਤੋਂ ਅੱਛੇ ਕਰਦਾ ਹੋਏਗਾ? ਕਹਿੰਦੇ ਨੇ ਨੀਚ ਕਰਮ। ਨੀਚ ਕਰਮ ਨਹੀਂ, ਪਿਛਲਿਆਂ ਸੇ ਅੱਗੇ ਵੀ ਨੀਚ ਕਰਮ ਕਰਦਾ ਹੈ। ਉਹ ਕੈਸਾ ਕਰਮ ਕਰਦਾ ਹੈ? ਗੁਰੂ ਦੀ ਨਿੰਦਾ ਮੈਂ ਰਾਗ ਨਾਮ ਜਿਸ ਕਾ ਪ੍ਰੇਮ ਹੈ। ਨੀਚ ਜੋ ਪੁਰਸ਼ ਹੈ ਸੋ ਨੀਚ ਹੀ ਕਰਮ ਕਰਦਾ ਹੈ। ਉਹ ਨੀਚ ਕਰਮ ਇਹ ਹੈ, ਗੁਰੂ ਦੀ ਨਿੰਦਾ ਸਰਵਣ ਕਰਨੇ ਮੈਂ ਤਥਾ ਕਥਨ ਕਰਨੇ ਮੈਂ ਹਰ ਸਮੇਂ ਜਿਸ ਕਾ ਪ੍ਰੇਮ ਹੋ ਰਿਹਾ ਹੈ। ਇਸ ਨਿੰਦਾ ਕਾ ਕੀ ਫਲ ਹੋਵੇ ਹੈ? ਇਹ ਨਿੰਦਾ ਫਲ ਹੋਵੇ, ਸੁਣੋ ਤੁਲਸੀਦਾਸ ਪਰਮਾਨ, ਪਰਮ ਧਰਮ ਸੁਰਤ ਵਿਦਤ ਹਿੰਸਾ। ਪਰਮ ਧਰਮ ਕੀ ਹੈ? ਵੇਦਾਂ ਨੂੰ ਸੁਣਨਾ ਹੈ ਜੀ, ਅਤੇ ਪ੍ਰਗਟ ਅਹਿੰਸਾ ਜਿਹੜੀ ਇਹਨੂੰ ਨਾ ਮਰਨਾ। ਪਰੋ ਪਰਨਿੰਦਾ ਸਮ ਅਗਨ ਗਰੀਸਾ, ਜਿਹੜੀ ਪਰਨਿੰਦਾ ਇਹ ਪਾਪਾਂ ਦੇ ਪਹਾੜਾਂ ਵਾਂਗੂ। ਹਰ ਗੁਰੂ ਨਿੰਦਕ ਦਾਦਰ ਹੋਈ, ਪਰਮੇਸ਼ਰ ਦਾ ਅਤੇ ਗੁਰੂ ਦਾ ਨਿੰਦਕ ਡਿੱਡੂ ਬਣਦਾ ਹੈ। ਜਨਮ ਸਹਸਰ ਪਾਪ ਤਨਸੂ, ਹਜ਼ਾਰਾਂ ਜਨਮ ਪਾਉਂਦਾ ਹੈ। ਦੇਜ ਨਿੰਦਕ ਬਹੁ ਨਰਕ ਭੋਗ, ਜਿਹੜਾ ਵਿਦਵਾਨ ਦੀ ਨਿੰਦਿਆ ਕਰਦਾ ਬਹੁਤੇ ਨਰਕ ਭੋਗ ਕੇ। ਜਗ ਜਨਮੇ ਬਾਜ ਸਰੀਰ ਤਨ, ਇਸ ਸੰਸਾਰ 'ਤੇ ਉਹ ਆਪਣੇ ਕਾਂ ਦਾ ਰੂਪ ਧਾਰਨ ਕਰਦਾ ਹੈ। ਬਾਇਸ ਸੁਰਤ ਨਿੰਦਕ ਜੇ ਮਨ, ਜਿਹੜੇ ਫਿਰ ਨਿੰਦਕ ਬੜੇ ਹੰਕਾਰੀ ਹੈ, ਰੌਰਵ ਨਰਕ ਪਰੇ ਅਤੇ ਪ੍ਰਾਣੀ, ਉਹ ਰੌਰਵ ਨਰਕ 'ਚ ਪੈਂਦੇ ਆ। ਉਹ ਕੋਈ ਲੋਕ ਸੰਤ ਨਿੰਦਾਰ ਨਿੰਦਰ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹ ਉੱਲੂ ਬਣਦਾ ਹੈ। ਮੋਹ ਨਿਸਾ ਪਿਰੇ ਗਿਆਨ ਭਾਨਵਤ, ਮੋਹ ਰੂਪੀ ਨੀ ਪਿਆਰੀ ਹੈ, ਹਾਂਜੀ, ਅਤੇ ਗਿਆਨ ਰੂਪੀ ਸੂਰਜ ਤਾਂ ਹੁੰਦਾ ਨਹੀਂ, ਭਾਵ ਗਿਆਨ ਨਹੀਂ ਹੁੰਦਾ। ਸਭ ਕੀ ਨਿੰਦਾ ਜੇ ਜੜ ਕਰੇ, ਜਿਹੜੇ ਮੂਰਖ ਨਿੰਦਾ ਸਾਰੇ ਕਰਦੇ ਅਤੇ ਚਮਗਿੱਦੜ ਹੋਏ ਉੱਤਰ, ਉਹ ਕਹਿੰਦੇ ਫਿਰ ਨਿੰਦਕ ਜਿਹੜੇ ਚਮਗਿੱਦੜ ਬਣਦੇ ਆ। ਬੇਦੋਮ ਵੱਡਾ ਧਰਮ ਹਿੰਸਾ ਕਾ, ਅਹਿੰਸਾ ਪਰਮ ਧਰਮ, ਔਰ ਪ੍ਰਾਈ ਨਿੰਦਾ ਕਿ ਬਾਬਰ ਵੱਡਾ ਪਾਪ ਨੇ। ਵਿਸ਼ਨੂੰ ਔਰ ਗੁਰੂ ਕੀ ਨਿੰਦਾ ਕਰਨੇ ਵਾਲਾ ਮੇਂਢਕ ਹੋ ਕਰ ਡਿੱਡੂ ਹੋ ਕਰ ਹਜ਼ਾਰ ਜਨਮ ਤੱਕ ਉਸੀ ਸਰੀਰ ਕੋ ਪਾਤਾ ਹੈ। ਸਾਧੂ ਬ੍ਰਾਹਮਣ ਕੀ ਨਿੰਦਾ ਕਰਨੇ ਵਾਲਾ ਬਹੁਤ ਸੇ ਨਰਕ ਭੋਗ ਕਰ ਕਊਏ ਕਾ ਸਰੀਰ ਧਾਰਨ ਕਰ ਸੰਸਾਰ ਮੇਂ ਜਨਮ ਲੈਤਾ ਹੈ। ਜੋ ਅਭਿਮਾਨੀ ਦੇਵਤਾ ਔਰ ਵੇਦੋਂ ਕੀ ਨਿੰਦਾ ਕਰਦੇ ਹੈ ਉਹ ਪ੍ਰਾਣੀ ਰੌਰਵ ਨਰਕ ਮੈਂ ਪੜਦੇ ਹੈ। ਜੋ ਸੰਤਾਂ ਕੀ ਨਿੰਦਾ ਮੈਂ ਜਿਨ ਕੀ ਪ੍ਰੀਤੀ ਵੀ ਉੱਲੂ ਹੋਤੇ ਹੈ, ਜਿਸ ਕੋ ਗਿਆਨ ਪੀੜਾਤ ਪਿਆਰੀ ਹੈ, ਜਿਸ ਮੈਂ ਗਿਆਨ ਵੀ ਸੂਰਜ ਨਹੀਂ ਰਹਿਤਾ। ਜੋ ਮੂਰਖ ਸਭ ਕੀ ਨਿੰਦਾ ਕਰਦੇ ਹੈ ਵਿੱਚ ਮਗਿੱਦੜ ਹੋ ਕਰ ਜਨਮਤੇ ਹੈ। ਜੋ ਭੋਜਨ ਔਰ ਬਿੱਠ ਮੁੱਖ ਸੇ ਹੀ ਕਰਦੇ ਹੈ, ਬੇਸ਼ਟਾ ਵੀ ਅਤੇ ਭੋਜਨ ਵੀ, ਜਿਹੜਾ ਚਮਗਿੱਦੜ ਆ ਨਾ ਉਸੇ ਮੂੰਹ ਨਾਲ ਖਾਂਦਾ ਉਸੇ ਮੂੰਹ ਨਾਲ ਗੰਦ ਕੱਢਦਾ। ਇਸ ਮਹਾਰਾਜ ਨੇ ਕਿਹਾ ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਗਾਨ ਜਨਮ ਭ੍ਰਸ਼ਟ, ਜਿਹੜਾ ਗੁਰਮੰਤਰ ਤੋਂ ਹੀਣਾ ਪ੍ਰਾਣੀ ਤਿਰਗਾ ਰਿਹਾ ਉਹਦਾ ਜਨਮ ਭ੍ਰਸ਼ਟ ਹੈ। ਕੂਕਰਾ ਸੂਕਰਾ ਗਰਦ ਵੈ ਕਾਕਾ ਸਰਪਨ ਸਰਪਨ ਤੁਲਖ ਲੈ, ਕੁੱਤਾ ਬਣਦਾ ਹੈ, ਗਧਾ ਬਣਦਾ ਹੈ, ਕਾਂ ਬਣਦਾ ਹੈ, ਸਰਪਾਂ ਦੇ ਤੁਲ ਉਹ ਮੂਰਖ ਹੁੰਦਾ। ਗੁਰਨਿੰਦਾ ਸੁਣ ਪਾਪੰ ਭੂਤੰ ਨਾ ਪਿਛਤੀ, ਕਹਿੰਦੇ ਐਸਾ ਜਿਹੜਾ ਪਾਪੀ ਗੁਰੂ ਦੀ ਨਿੰਦਾ ਸਮਾਨ ਪਿੱਛੇ ਹੋਣ ਅਤੇ ਅੱਗੇ ਕੋਈ ਪਾਪ ਨਹੀਂ। ਗੁਰ ਰੋ ਸੇਵਾ ਸੁਮੰਗ ਪੁੰਨ ਹੈ ਭੂਤੋ ਨਾ ਭਵਿੱਖਦੀ, ਗੁਰੂ ਦੀ ਜਿਹੜੀ ਸੇਵਾ ਇਹਦੇ ਬਰਾਬਰ ਭੂਤ ਭਿੱਖ 'ਚ ਕੋਈ ਚੀਜ਼ ਨਹੀਂ। ਗੁਰੂ ਦੀ ਸੇਵਾ ਸਭ ਨਾਲ ਉੱਤਮ ਕਹੀ ਹੈ। ਚੋ ਵਿਗਿਆਨ ਸਲਾਹਕਾਰ ਦੇ ਬਦਲੋਚਨ, ਗੁਰੂ ਜਿਹੜੇ ਆ ਨਾ ਦ੍ਰਿਸ਼ ਗਿਆਨ ਰੂਪੀ ਸਲਾਈ 'ਚ ਗਿਆ ਸੁਦੇ ਬੁੱਧੀ ਰੂਪ ਜਿੱਤਰਾਂ 'ਚ ਫੇਰ ਕੇ, ਹਾਂਜੀ, ਇਹ ਕਰ ਹੈ ਤਮ ਗਿਆਨ ਵਿਮੋਚਨ, ਜਿਹੜਾ ਅਗਿਆਨਤਾ ਹੁੰਦੇ ਨੇ ਵਿਮੋਚਨ ਵੀ ਨਹੀਂ ਘੱਟ ਦਿੰਦੇ ਹਨ। ਮੇਰਾ ਵਰਨ ਦਿਰ ਕਰੇ ਜੋ ਸ਼੍ਰੀ ਗੁਰੂ, ਗੁਰੂ ਜੀ ਜਿਹੜੇ ਬੁੱਧੀ 'ਤੇ ਪੜਦੇ ਆਏ ਨਾ ਉਹਨੂੰ ਦੂਰ ਕਰ ਦਿੰਦੇ ਹਨ। ਨਮੋ ਨਮੋ ਤੇ ਚਰਨ ਧਾਰੋੜ, ਇਹ ਮੈਂ ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਵਾਰੀ ਵਾਰੀ ਹਾਂਜੀ ਨਮਸਕਾਰ ਕਰਦਾ ਹਾਂ।
ਨਮੋ ਨਮੋ ਦੋ ਵਾਰੀ ਕਹਿੰਦੇ ਸੀ ਪੁਨਰੋਕਤੀ ਦੋਸ਼ ਆਤਾ ਹੈ, ਇਤਨੇ ਸਾਨੂੰ ਪੁਨਰੋਕਤੀ ਦੋਸ਼ ਨਹੀਂ ਹੁੰਦਾ। ਕਰਖ ਅਰਖ ਅਮਰਖ ਪੁਨ ਸੁਬੰਧੀਨਤਾ ਉਕਤ ਉਸ ਦਾ ਨਿੰਦਾ ਬਾਅਦ ਮੈਂ ਦੋਸ਼ ਨਹੀਂ ਪੁਨਰੋਕਤ। ਨਮੋ ਕਰਨੇ ਯੋਗ ਜੋ ਲੋਕ ਸੋ ਵੀ ਗੁਰੂ ਕੇ ਚਰਨੋਂ ਕੋ ਹਿਰਦੇ ਮੈਂ ਧਾਰ ਕੇ ਨਮੋ ਕਰਤੇ ਹੈ, ਜੋ ਐਸੇ ਗੁਰਾਂ ਕੇ ਚਰਨੋਂ ਕੋ ਨਮੋ ਕਰਤੇ ਹੈ ਅਤੇ ਇਸ ਕੋ ਨੰਬੋ ਵੋ ਨਹੀਂ ਰਹਿਤਾ। ਇਹਾਂ ਅਵਦੁਤੀ ਅਧਿਆਏ ਸਮਾਪਤ ਹੋ ਗਿਆ। ਦੋਸ਼ ਤੈਅ ਕਿੰਨੇ ਛੰਦਿਆ, ਤ੍ਰੈ ਦੋਹੇ ਤੋਟ ਕੁਬੈ ਦੋਸ਼ ਪਈ ਨਿਹਾਰ, ਮਨ ਸਲੋਕ ਮਨ ਚੋਕ ਕੇ ਕੱਟ ਲਗੇ ਨਵਾ। ਤਿੰਨ ਦੋਹਰੇ ਸੀ, ਦੋ ਤੋਟਕ ਛੰਦ ਸੀ, ਦੋ ਚ ਪਈਆਂ ਨਿਹਾਰ। ਦੇਖੋ ਨੌ ਸਲੋਕ ਸੀ, ਮਨ ਦੇ ਸ਼ੋਕ ਨੂੰ ਕੱਟਣ ਲੱਗੇ, ਦੇਰੀ ਨਹੀਂ ਕਰਦੇ। ਸ਼੍ਰੀ ਇਸੀ ਹਾਰ ਗੁਤਾਰ ਦੂਜਾ, ਇਸ ਹਾਰ ਕਿਤਾਬ ਦੀ ਦੂਜਾ ਧਿਆ ਪੂਰਾ ਹੋਇਆ। ਗੁਰੂ ਮਤਾਮਿਕ ਗੁਰੂ ਦੀ ਉਪਮਾ ਲਿਆ ਕਰਦਿਆਲ ਹੋਈ ਨੇ ਬੜੇ ਪ੍ਰੇਮ ਨਾਲ ਕਹੀ ਹੈ। ਦੁਹਰਾ ਗੁਰ ਉਪਮਾ ਇਸਮੇ ਕਹੀ, ਜਾਣੇ ਚਾਹ ਸਿਆਨ ਭੂਲ ਖਿਮਾ ਕੀਜੀਏ ਜਵਾਲਾ ਭੂਲ ਖਿਮਾ ਕੇ ਜਵਾਲਾ ਦਾ ਵਖਾ। ਇਸ ਹਿਸਾਬ ਤੱਕ ਤੱਤ ਗੋਇੰਦ ਜੀ ਕਾ ਕਿਰਤ ਪਰਮ ਜਵਾਲਾ ਦਾ ਸੋਦਾ ਗੁਰੂ ਉਪਮਾ ਵਰਨ ਦੁਤੀਆ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।